ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਲਖਵੀਰ ਕੌਰ, ਤੇ ਕੀ ਹੋਇਆ ਰਾਤ ਨੂੰ, ਕੀ ਮਾਮਲਾ ਹੋਇਆ? ਰਾਤ ਨੂੰ ਡਾਕੇ ਦਾ ਮਾਮਲਾ ਸੀ। ਕਿੰਨੇ ਜਾਣੇ? 15 ਪਰਸਨ ਸੀ ਟੋਟਲ। ਤੇ ਕੀ ਲੈ ਕੇ ਗਏ? ਪੈਸੇ ਲੈ ਕੇ ਗਏ ਨੇ 2.5 ਲੱਖ ਦੇ ਕਰੀਬ। ਅੱਛਾ। 13.5 ਤੋਲੇ ਗਹਿਣਾ ਲੈ ਕੇ ਗਏ ਨੇ, ਬਾਕੀ ਜੋ ਵੀ ਉਹਨਾਂ ਨੂੰ ਮਿਲਿਆ ਵਾ ਘਰ ਦੇ ਵਿੱਚੋਂ, ਕੋਈ ਕੱਪੜਾ ਵਧੀਆ ਜੋ ਵੀ ਮਿਲਦਾ ਰਿਹਾ ਵਾ ਸਾਰਾ ਕੁਛ ਲੈ ਕੇ ਗਏ ਨੇ। ਮੇਰਾ ਹਾਂਜੀ, ਇਹ ਮੇਰੇ ਫਾਦਰ ਦਾ ਘਰ ਆ, ਮੈਂ ਆਪਣੇ ਪੇਕੇ ਆਈ ਹੋਈ ਹਾਂ। ਰਾਤੀ 12:30 ਵਜੇ ਦੇ ਕਰੀਬ ਚੋਰਾਂ ਨੇ ਐਂਟਰੀ ਕੀਤੀ ਹੈ ਕੰਧਾਂ ਟੱਪ ਕੇ ਸਾਡੇ ਘਰੇ। 15 ਜਾਣੇ ਸੀ ਉਹ, ਹਰ ਇੱਕ ਦੇ ਕੋਲ ਹਥਿਆਰ ਸੀ। ਸਾਨੂੰ ਵੀ ਟੋਰਚਰ ਵੀ ਕੀਤਾ ਵਾ, ਜਿਸ ਤਰ੍ਹਾਂ ਕਹਿੰਦੇ ਸੀ ਵੀ ਫੋਨ ਦੇ ਦਿਓ ਸਭ ਤੋਂ ਪਹਿਲਾਂ ਆਪਣੇ, ਉਸ ਤੋਂ ਬਾਅਦ ਉਹਨਾਂ ਨੇ ਨਗਦੀ 2.5 ਲੱਖ ਦੇ ਕਰੀਬ, 13.5 ਤੋਲੇ ਗਹਿਣਾ ਸਾਰਾ ਕੁਛ ਲੈ ਗਏ ਨੇ। ਜੋ ਉਹਨਾਂ ਨੂੰ ਕੱਪੜਾ ਚੰਗਾ ਲੱਗਾ ਵਾ, ਧਮਕੀਆਂ ਦਿੰਦੇ ਸੀ ਵੀ ਜੇ ਤੁਸੀਂ ਕਿਸੇ ਨੂੰ ਕੁਛ ਵੀ ਦੱਸਦੇ ਹੋ ਤਾਂ ਅਸੀਂ ਤੁਹਾਡੀ ਸਾਰੀ ਫੈਮਿਲੀ ਨੂੰ ਕਤਲ ਕਰ ਦੇਣਾ। ਹਾਂਜੀ, ਅਤੇ ਕਾਫੀ ਟੋਰਚਰ ਕਰਕੇ ਗਏ ਨੇ ਉਹ। 1.5 ਘੰਟਾ ਤਕਰੀਬਨ 12:30 ਤੋਂ ਲੈ ਕੇ 1:30 ਵਜੇ ਤੱਕ ਉਹ ਸਾਡੇ ਘਰ ਦੇ ਅੰਦਰ ਆਏ ਨੇ, ਅਤੇ ਉਹਨਾਂ ਨੇ ਬੱਚਿਆਂ ਤੱਕ ਨੂੰ ਟੋਰਚਰ ਕੀਤਾ। ਬੱਚਿਆਂ ਨੂੰ ਵੀ ਕਹਿੰਦੇ ਸੀ ਵੀ ਜੇ ਤੁਸੀਂ ਪੈਸਾ ਜਾਂ ਕੋਈ ਕੀ ਨਹੀਂ ਦਿੰਦੇ ਜਾਂ ਕੋਈ ਲੋਕਰ ਦੀ ਚਾਬੀ ਨਹੀਂ ਦਿੰਦੇ ਤਾਂ ਅਸੀਂ ਤੁਹਾਡੇ ਬੱਚਿਆਂ ਨੂੰ ਵੀ ਕੱਟ ਸਕਦੇ ਹਾਂ। ਹਾਂਜੀ, ਅਤੇ ਬਹੁਤ ਹੀ ਟਾਈਮ, ਮੋਸਟਲੀ 1 ਘੰਟੇ ਦੇ ਵਿੱਚ ਉਹਨਾਂ ਨੇ ਘਰ ਦੀ ਕੋਈ ਜਗ੍ਹਾ ਨਹੀਂ ਛੱਡੀ ਫੁੱਲਣ ਵਾਲੀ। ਹਰ ਬੈੱਡ, ਹਰ ਅਲਮਾਰੀ, ਹਰ ਲੋਕਰ, ਹਰ ਇੱਕ ਦੇ ਵਿੱਚੋਂ ਜੋ ਉਹਨਾਂ ਨੂੰ ਮਿਲਿਆ ਉਹ ਲੈ ਕੇ ਗਏ ਨੇ। ਕੱਪੜੇ ਤੱਕ ਜੋ ਵੀ ਚੰਗੇ ਸੀ ਹਰ ਇੱਕ ਚੀਜ਼ ਉਹ ਲੈ ਗਏ ਨੇ। ਕਿੰਨੇ ਦੀ ਨਗਦੀ ਲੈ ਗਏ ਤੁਹਾਡੇ ਕੋਲ? ਸਾਡੇ ਕੋਲ 2.5 ਲੱਖ ਰੁਪਇਆ ਸੀ। 2.5 ਲੱਖ? ਹਾਂਜੀ। ਕੈਸ਼? ਹਾਂਜੀ, ਪਰਸਾਂ ਦੇ ਵਿੱਚ ਜੋ ਵੀ ਹੁੰਦਾ ਵਾ, ਬੱਚਿਆਂ ਤੱਕ 10-10 ਰੁਪਏ ਤੱਕ ਜੋ ਉਹਨਾਂ ਨੂੰ ਮਿਲਿਆ ਵਾ ਉਹ ਸਾਰਾ ਕੁਛ ਲੈ ਕੇ। ਸੋਨਾ, ਗਹਿਣਾ ਵਗੈਰਾ? ਹਾਂਜੀ, ਗਹਿਣਾ ਲੈ ਕੇ ਗਏ ਨੇ 13.5 ਤੋਲੇ ਦੇ ਕਰੀਬ। 3-3.5 ਤੋਲੇ ਮੇਰਾ ਸੀ, ਭਾਬੀਆਂ ਦੇ ਸੀ, ਮੰਮਾ ਦਾ ਸੀ, ਕੰਨਾਂ ਤੋਂ ਵਾਲੀਆਂ, ਏਅਰਿੰਗਸ, ਜੋ ਹਰ ਇੱਕ ਚੀਜ਼ ਉਹਨਾਂ ਲਵਾ ਲਈ ਆ। ਨਹੀਂ, ਪਿਸਟਲ ਉਹ ਕਹਿੰਦੇ ਸੀ ਜਿਹੜੇ ਮੇਨ ਹਥਿਆਰ ਉਹ ਤਾਂ ਅਸੀਂ ਤੁਹਾਨੂੰ ਦਿਖਾਏ ਨਹੀਂ ਆ, ਬਟ ਕਿਰਪਾਨਾਂ ਤਾਂ ਉਹਨਾਂ ਮੇਰੇ ਬ੍ਰਦਰ ਦੇ ਨੈੱਕ 'ਤੇ ਰੱਖੀਆਂ ਹੋਈਆਂ ਸੀ ਵੀ ਜੇ ਤੁਸੀਂ ਨਹੀਂ ਕੁਛ ਦਿਓਗੇ ਤਾਂ ਅਸੀਂ ਇਹਨਾਂ ਦਾ ਕਤਲ ਕਰ ਦੇਣਾ ਹੈ। ਠੀਕ। ਹਾਂਜੀ ਸਰ, ਕੀ ਮਾਮਲਾ ਹੈਗਾ ਜੀ? ਮੈਂ ASI ਪਰਮਿੰਦਰ ਸਿੰਘ, ਥਾਣਾ ਕੋਟ ਖਾਲਸਾ ਲੱਗਿਆ ਹੋਇਆ ਜੀ। ਹਾਂਜੀ, ਰਾਤੀ ਮੈਨੂੰ 2 ਵਜੇ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀਗੀ, ਦਸ਼ਮੇਸ਼ ਨਗਰ ਦੇ ਵਿੱਚ ਆਹ ਵਾਰਦਾਤ ਹੋਈ ਆ। ਮੈਂ ਆਪਣੇ ਕਰਮਚਾਰੀਆਂ ਨਾਲ ਇੱਥੇ ਮੌਕੇ 'ਤੇ ਆਇਆ ਜੀ। ਮਨਪ੍ਰੀਤ ਸਿੰਘ ਸਾਪੂਆ, ਪੁੱਤਰ ਕੇਵਲ ਸਿੰਘ, ਇਹਨਾਂ ਦੀ ਸਟੇਟਮੈਂਟ ਲਿਖ ਕੇ ਅਤੇ ਮੁਕੱਦਮਾ ਦਰਜ ਕਰ ਦਿੱਤਾ ਜੀ, ਜੋ ਧਰਾਵਾਂ ਬਣਦੀਆਂ ਸੀ ਉਹਦੇ ਮੁਤਾਬਕ। ਅਜੇ ਅਨਨੋਨ ਬੰਦਿਆਂ ਦੇ ਉੱਤੇ ਪਰਚਾ ਵਾ, ਕੋਸ਼ਿਸ਼ ਕਰ ਰਹੇ ਹਾਂ ਅਸੀਂ, ਜਲਦੀ ਤੋਂ ਜਲਦੀ ਬੰਦੇ ਗ੍ਰਿਫਤਾਰ ਕਰ ਦਾਂਗੇ ਪਰਚਾ ਦਰਜ ਕਰਕੇ। ਸਰ, ਚੋਰੀ ਕਿੰਨੀ ਹੋਈ ਆ? ਚੋਰੀ ਹੋਈ ਆ ਜੀ 2.5 ਲੱਖ। 2.5 ਲੱਖ ਦੀ ਨਗਦੀ ਦੱਸਦੇ, 12 ਤੋਲੇ ਗਹਿਣਾ। ਤੇ ਸਰ, ਇੱਥੇ ਕੋਈ CCTV ਕੈਮਰੇ ਵਗੈਰਾ ਲੱਗੇ ਆ? ਨਹੀਂ, ਨੇੜੇ ਤੇੜੇ ਹੈ ਨਹੀਂ ਕਿਤੇ ਵੀ। ਬੜੀ ਕੋਸ਼ਿਸ਼ ਕੀਤੀ ਆ ਰਾਤ ਦੀ, ਸਾਡੀਆਂ ਸਾਰੀਆਂ ਫਿੰਗਰਪ੍ਰਿੰਟ ਦੀਆਂ ਟੀਮਾਂ, ਦੂਸਰੀਆਂ ਸਾਰੇ ਆਏ ਆ ਜੀ, ਨਹੀਂ ਕੋਈ ਮਿਲੀ ਨਹੀਂ ਅਜੇ, ਸਾਹਮਣੇ ਨਹੀਂ ਗੱਲ ਆ ਰਹੀ। ਮੈਂ ਕੋਸ਼ਿਸ਼ ਕਰ ਰਿਹਾ, ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ। ਦਵਿੰਦਰ ਕੌਰ, ਕੀ ਹੋਇਆ ਸੀ ਰਾਤ ਨੂੰ? ਅਸੀਂ ਲੰਮੇ ਪਏ ਸੀ ਆਪੋ ਆਪਣੇ ਸਾਰੇ ਕਮਰਿਆਂ ਦੇ ਵਿੱਚ, ਤੇ ਪਤਾ ਹੀ ਨਹੀਂ ਲੱਗਾ ਵੀ ਕਿੰਨੇ ਕੁ ਜਾਣੇ ਆ ਗਏ। 14-15 ਜਾਣੇ ਸੀ। ਕੰਧ ਟੱਪ ਕੇ ਆਈ, ਉਹਨਾਂ ਸਾਨੂੰ ਆਉਂਦਿਆਂ ਹੀ ਕਾਬੂ ਕਰ ਲਿਆ ਬੈੱਡ ਦੇ ਉੱਤੇ ਹੀ। ਪਹਿਲਾਂ ਆਉਂਦਿਆਂ ਉਹਨਾਂ ਨੇ ਮੋਬਾਇਲ ਖੋਏ ਆ, ਅਤੇ ਬਸ ਉਹਨਾਂ ਨੇ ਇਦੋਂ ਸਾਰਿਆਂ ਨੂੰ ਉੱਧਰੋਂ ਕਮਰਿਆਂ ਦੇ ਰੂਮਾਂ 'ਚ ਆਪਾਂ ਆਪਣੇ ਸੁੱਤੇ ਪਏ, ਮੇਰੇ ਬੇੜੇ 'ਤੇ ਨਵਾਂ ਉਹਨਾਂ ਨੂੰ ਲੈਂਦਾ ਆ ਇੱਧਰ ਵੀ ਤੁਸੀਂ ਇੱਥੇ ਇਕੱਠੇ ਹੋ ਜਾਓ ਅਤੇ ਜੋ ਕੁਛ ਹੈਗਾ ਸਾਨੂੰ ਦੇ ਦਿਓ। ਕਿੰਨੇ ਦੀ ਨਗਦੀ ਲੈ ਕੇ ਗਏ? 2.5 ਲੱਖ ਦੀ। 2 ਲੱਖ ਤਾਂ ਨਗੈਸ਼ ਸੀ, ਅਤੇ ਬਾਕੀ ਜੋ ਬੇਟੀ ਮੇਰੀ ਆਈ ਸੀ ਉਹਦੇ ਪਰਸ 'ਚ ਸੀ ਜਾਂ ਹੋਰ ਕਿਸੇ ਦੇ 'ਚ ਸੀ। ਅਤੇ ਸੋਨਾ ਵਗੈਰਾ ਵੀ ਲੈ ਗਏ? ਹਾਂਜੀ, ਸੋਨਾ ਦੋਵਾਂ ਮੇਰੀਆਂ ਨਵਾਂ ਦਾ ਸੀ। ਅਤੇ ਮਾਰਿਆ ਕੁੱਟਿਆ ਵੀ? ਨਹੀਂ ਮਾਰਿਆ ਨਹੀਂ, ਮਾਰਨ ਨੂੰ ਕਰਦੇ ਸੀ ਆਉਂਦੇ ਸੀ, ਜਿੰਨਾ ਸਾਨੂੰ ਬਾਹਰੋਂ ਕਿਸੇ ਨੇ ਕਿਹਾ ਤੁਹਾਡੇ ਘਰੋਂ ਮਿਲਣਾ ਵਾ ਸਮਾਨ, ਉਹਨਾਂ ਸਾਨੂੰ ਮਿਲਿਆ ਨਹੀਂ ਆ। ਅਤੇ ਤੁਸੀਂ
ਇਹਨਾਂ ਨੂੰ ਇੱਕ ਅੱਧੇ ਜਾਣੇ ਨੂੰ ਮਾਰਾਂਗੇ ਅਤੇ ਫਿਰ ਸਭ ਕੁਛ ਦੇਣਗੇ। ਇਹ ਕਹਿੰਦੇ ਪਏ ਸੀ ਪਰ ਮਾਰਿਆ ਨਹੀਂ ਆ। ਬੇਟੀ ਮੇਰੀ ਨੂੰ ਇੱਟਾਂ ਲੈ ਕੇ ਉਹ ਇੱਟਾਂ ਪਿਆ ਹੋਇਆ, ਆਉਂਦੇ ਸੀ ਇਹ ਬੋਲਦੀ ਆ ਗਾੜੀਆਂ ਅਤੇ ਪਹਿਲਾਂ ਇਹਨੂੰ ਹੀ ਇਹਦਾ ਹੀ ਕੰਮ ਕਰੋ। ਹਾਂਜੀ ਸਰ, ਕੀ ਨਾਮ ਜੀ ਤੁਹਾਡਾ? ਮਨਪ੍ਰੀਤ ਸਿੰਘ। ਅਤੇ ਇਹ ਇਲਾਕਾ ਕਿਹੜਾ ਜੀ? ਨਿਊ ਦਸ਼ਮੇਸ਼। ਅਤੇ ਕੀ ਹੋਇਆ ਸੀ ਰਾਤ ਨੂੰ? ਰਾਤ ਨੂੰ ਸਰ ਕੋਈ ਕਰੀਬ 12:30 ਵਜੇ ਕੋਈ 15-20 ਬੰਦੇ ਆਏ ਅੰਦਰ। ਅੱਛਾ। ਅਤੇ ਜੋ ਵੀ ਘਰ ਦਾ ਸਮਾਨ ਸਾਰਾ ਸਾਨੂੰ ਇੱਕ ਕਮਰੇ 'ਚ ਡੱਕ ਕੇ, ਜੋ ਵੀ ਸਾਰਾ ਘਰ ਦਾ ਸਮਾਨ ਲੰਬਾਰੀਆਂ ਦੀਆਂ ਫੋੜ ਕੇ ਹਰ ਇੱਕ ਚੀਜ਼ ਇੱਕ ਨਿੱਕੀ ਨਿੱਕੀ ਤੋਂ ਨਿੱਕੀ ਲੈ ਕੇ, ਗਹਿਣਾ ਜਨਾਨੀਆਂ ਦੇ ਕੰਨਾਂ 'ਚੋਂ ਲਵਾ ਕੇ, ਜੋ ਪੈਸਾ ਧੇਲਾ ਸੀ 2 ਲੱਖ ਰੁਪਈਆ ਸੀ ਘਰੇ ਉਹ ਵੀ ਲੈ ਗਏ। ਮਗਰ ਤਕਰੀਬਨ ਕੋਈ 7 ਲੱਖ ਦੇ ਲੱਗੇ ਕੋਈ ਇਲਜ਼ਾਮ ਹੈਗਾ ਇਹ ਵਾਰਦਾਤ ਨੂੰ। ਅਤੇ ਕਿੰਨੇ ਜਾਣੇ ਹੈਗੇ ਸੀ? 5 ਜਾਣੇ ਬਾਹਰ ਹੋਣਗੇ ਅਤੇ 15 ਜਾਣੇ ਅੰਦਰ ਆਏ। ਅੱਛਾ। ਹਾਂਜੀ। ਅਤੇ ਕਿੰਨੀ ਦੇਰ ਰਹੇ ਸੀ ਘਰ ਦੇ ਵਿੱਚ? 1 ਘੰਟਾ ਰਹੇ। ਪੂਰਾ 1 ਘੰਟਾ? ਹਾਂਜੀ, 12:30 ਵਜੇ ਆਏ ਸੀ, 1:30 ਗਏ। ਅੱਛਾ। ਅਤੇ ਉਹਨਾਂ ਤੋਂ ਹਥਿਆਰ ਕਿਹੜੇ ਕਿਹੜੇ? ਹਥਿਆਰ ਉਹਨਾਂ ਕੋਲ ਕਿਰਚ ਸੀ, ਕਟਰ ਸੀ। ਅੱਛਾ। ਰਾਟ ਸੀ। ਅੱਛਾ। ਹੋਰ ਡੰਡੇ ਡੁੰਡੇ ਹਜ਼ਾਰਾ ਵਗੈਰਾ ਦਾਤਰ ਸੀ। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 6 7000।